ਪਹਿਲਾਂ ਤਾਂ ਮੈਨੂੰ ਇਹ ਨਹੀਂ ਪਤਾ ਲੱਗਦਾ, ਮੈਨੂੰ ਇੰਨੀ ਖੁਸ਼ੀ ਇੰਨੀ ਆ, ਮੈਂ ਕਵਾਂ ਕੀ ਕਰਦੋ ਵੀ ਸੀ ਐਮ ਸਾਹਿਬ ਦਾ, ਮੰਤਰੀ ਜੀ ਦਾ, ਆਪਣੇ ਪੀ ਅਮੀਤ ਹਿਆਰ ਜੀ ਦਾ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੇ ਅੱਜ ਮੈਨੂੰ ਇਹਨੇ ਸਾਂਭ ਦਿੱਤਾ। ਉਦੋਂ ਬਾਅਦ ਜਿਹੜੇ ਹੁਣ ਰਲੇ ਆ ਡਟ ਕੇ ਮਦਦ ਕਰਾਂਗੇ, ਜਿੱਧਰ ਖੜ੍ਹਦੇ ਹਾਂ ਅਸੀਂ ਇੱਕ ਤਰਫੇ ਖੜ੍ਹਦੇ ਹਾਂ, ਦੋਗਲੇ ਕਿਤੇ ਨਹੀਂ ਚੱਲਦੇ। ਪਰ ਮੈਨੂੰ ਖੁਸ਼ੀ ਬਹੁਤ ਆ, ਖੁਸ਼ੀ ਇੰਨੀ ਮੈਂ ਦੱਸ ਨਹੀਂ ਸਕਦਾ ਵੀ ਕਿੰਨੀ ਖੁਸ਼ੀ। ਦੇਖੋ ਜੀ, ਮੈਂ ਗੁਰਜੀਤ ਸਿੰਘ ਰਾਮਨ ਵਾਸੀ ਆ ਜੀ। ਉਹਨਾਂ ਦਾ ਪਹਿਲਾਂ ਤਾਂ, ਕਿਉਂਕਿ ਵੈਸੇ ਤਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੂੰ ਸ਼ਾਮਲ ਜਿਹੜਾ ਅੱਜ ਦਿਨੇ ਜਿਹੜਾ ਕਰਵਾ ਦਿੱਤਾ ਰਸਮੀ ਤੌਰ 'ਤੇ, ਪਰ ਅੱਜ ਸਾਡੀ ਸਾਰੀ ਜ਼ਿਲ੍ਹੇ ਦੀ ਟੀਮ ਵੱਲੋਂ ਸਾਡੀ ਸਾਰੀ ਲੀਡਰਸ਼ਿਪ ਇੱਥੇ ਮੌਜੂਦ ਹੈ, ਸਾਰੇ ਕੌਂਸਲਰ ਮੌਜੂਦ ਹੈ, ਮੈਂ ਸਾਰਿਆਂ ਵੱਲੋਂ ਨਿੱਘਾ ਸਵਾਗਤ ਵੀ ਕਰਦਾ ਅਤੇ ਵਧਾਈ ਵੀ ਜਿਹੜੀ ਹੈ ਗੁਰਜੀਤ ਸਿੰਘ ਰਾਮਨ ਵਾਸੀਆ ਜੀ ਨੂੰ ਦਿੰਦਾ, ਕਿਉਂਕਿ ਜਿੰਨੇ ਵੀ ਸਾਥੀ ਪਹਿਲਾਂ ਸਾਡੇ ਨਾਲ ਸਾਰੇ ਕੰਮ ਕਰ ਰਹੇ ਹੈ, ਅਤੇ ਸਾਰਿਆਂ ਨੂੰ ਪਤਾ ਵੀ ਆਮ ਆਦਮੀ ਪਾਰਟੀ 'ਚ ਇੱਕ ਪਰਿਵਾਰ ਦੀ ਤਰ੍ਹਾਂ ਸਾਰੇ ਜਿਹੜੇ ਮਿਲ ਕੇ ਜਿਹੜੇ ਕੰਮ ਹੈ ਉਹ ਕਰਦੇ ਆ। ਭਾਵੇਂ ਮੈਂ MLA ਵੀ ਰਿਹਾ, ਮੰਤਰੀ ਵੀ ਰਿਹਾ, ਹੁਣ MP ਹਾਂ, ਪਰ ਮੇਰਿਆਂ ਸਾਰੇ ਸਾਥੀਆਂ ਨੂੰ ਪਤਾ ਵੀ ਹਮੇਸ਼ਾ ਹਰੇਕ ਨਾਲ ਭਰਾ ਬਣ ਕੇ ਮੈਂ ਜਿਹੜਾ ਵਿਚਰਦਾ ਅਤੇ ਨਾਲ ਖੜ੍ਹਦਾ, ਅਤੇ ਮੈਂ ਰਾਮਨ ਵਾਸੀਆ ਜੀ ਨੂੰ ਵੀ ਵਿਸ਼ਵਾਸ ਦਿਵਾਉਣਾ ਕਿ ਆਉਣ ਵਾਲੇ ਸਮੇਂ 'ਚ ਜਿਹੜਾ ਪਾਰਟੀ ਤੌਰ 'ਤੇ ਵੀ ਇਕੱਠੇ ਇੱਕ ਪਰਿਵਾਰ ਦੀ ਤਰ੍ਹਾਂ ਜਿਹੜਾ ਕੰਮ ਹੈ ਉਹ ਮਿਲ ਕੇ ਕਰਾਂਗੇ, ਅਤੇ ਬਾਕੀ ਸ਼ਹਿਰ ਲਈ ਵੀ, ਕਿਉਂਕਿ ਜਿਹੜਾ ਮਿਊਂਸੀਪਲਟੀ ਪ੍ਰਧਾਨ ਦਾ ਜਿਹੜਾ ਅਹੁਦਾ ਹੈਗਾ ਉਹ ਕਹਿ ਲਓ ਵੀ ਇੱਕ ਅੱਧਾ MLA ਹੁੰਦਾ ਹੈਗਾ, ਉਹਦੇ ਲਈ ਸ਼ਹਿਰ ਦੀ ਮਜ਼ਬੂਤੀ ਦੇ ਨਾਲ ਜਿਹੜਾ ਕੰਮ ਚੱਲੇ ਇਹ ਬੜਾ ਜ਼ਰੂਰੀ ਹੈ ਕਿ ਸਰਕਾਰ ਅਤੇ ਪ੍ਰਧਾਨ ਸਾਰੇ ਮਿਲ ਕੇ ਜਿਹੜੇ ਕੰਮ ਹੈ ਉਹ ਕਰਨ, ਅਤੇ ਬਾਕੀ ਤੁਹਾਨੂੰ ਪਤਾ ਵੀ ਸੈਂਕੜੇ ਕਰੋੜ ਦੇ ਜਿਹੜੇ ਫੰਡ ਨੇ ਉਹ ਬਰਨਾਲੇ ਲਈ ਜਿਹੜੇ ਆ ਉਹ ਆ ਰਹੇ ਨੇ, ਤਾਂ ਉਹਨਾਂ ਦੀ ਠੀਕ ਤਰੀਕੇ ਨਾਲ ਇੰਪਲੀਮੈਂਟੇਸ਼ਨ ਹੋ ਸਕੇ, ਗਰਾਊਂਡ 'ਤੇ ਲੋਕਾਂ ਨੂੰ ਉਹਨਾਂ ਦਾ ਫਾਇਦਾ ਹੋ ਸਕੇ, ਅਤੇ ਇਹਦੇ ਲਈ ਮੈਨੂੰ ਲੱਗਦਾ ਵੀ ਬਰਨਾਲੇ ਦੇ ਵਿਕਾਸ ਨੂੰ ਦੇਖਦੇ ਹੋਏ, ਬਾਕੀ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਗੁਰਜੀਤ ਸਿੰਘ ਜੀ ਨੇ ਜਿਹੜਾ ਫੈਸਲਾ ਲਿਆ, ਅਤੇ ਇਹਦੇ ਨਾਲ ਆਉਣ ਵਾਲੇ ਸਮੇਂ 'ਚ ਲੋਕਾਂ ਨੂੰ ਫਾਇਦਾ ਹੋਊਗਾ, ਕਿਉਂਕਿ ਤੁਸੀਂ ਦੇਖੋ ਵੀ 87 ਕਰੋੜ ਦਾ ਟੈਂਡਰ ਤਾਂ ਇੱਕੋ ਹੀ ਹੈ ਜਿਹੜਾ ਆਉਣ ਵਾਲੇ ਦਿਨਾਂ 'ਚ ਪੀਣ ਵਾਲੀਆਂ ਪਾਈਪਾਂ ਦਾ, ਸੀਵਰੇਜ ਦੇ ਕੰਮਾਂ ਦਾ ਜਿਹੜਾ ਉਹ ਖੋਲ੍ਹਣਾ, ਮਤਲਬ ਕਿ ਐਡੇ ਐਡੇ ਪੈਸੇ ਜਿਹੜੇ ਐਡੇ ਐਡੇ ਪ੍ਰੋਜੈਕਟ ਭਗਵੰਤ ਮਾਨ ਜੀ ਜਿਹੜੇ ਆ ਬਰਨਾਲੇ ਦੇ ਲੋਕਾਂ ਨੂੰ ਦੇ ਰਹੇ ਹੈਗੇ, ਅਤੇ ਮੈਂ ਮੁੱਖ ਮੰਤਰੀ ਸਾਹਿਬ ਦਾ ਕੰਮਾਂ ਲਈ ਵੀ ਧੰਨਵਾਦ ਕਰਦਾ, ਅੱਜ ਪ੍ਰਧਾਨ ਜੀ ਨੂੰ ਪਾਰਟੀ ਸ਼ਾਮਲ ਕਰਾਇਆ ਉਹਦੇ ਲਈ ਵੀ ਧੰਨਵਾਦ ਕਰਦਾ, ਅਤੇ ਬਾਕੀ ਮੈਂ ਦੁਬਾਰਾ ਕਹਿਣਾ ਕਿ ਆਉਣ ਵਾਲੇ ਦਿਨਾਂ 'ਚ ਮਿਊਂਸੀਪਲ ਕਮੇਟੀ ਦੀ ਜਿਹੜੀ ਵਰਕਿੰਗ ਹੈ ਉਹ ਮਜ਼ਬੂਤ ਹੋਊਗੀ, ਅਤੇ ਬਰਨਾਲੇ ਦੇ ਵਿਕਾਸ ਦੇ ਵਿੱਚ ਕੋਈ ਕਮੀ ਹੈ ਜਿਹੜੀ ਉਹ ਰਹਿਣ ਨਹੀਂ ਦਿੱਤੀ ਜਾਊਗੀ, ਕਿਉਂਕਿ ਪਿਛਲੇ ਸਮੇਂ 'ਚ ਵੀ ਤੁਸੀਂ ਦੇਖਿਆ ਵੀ ਓਵਰਆਲ ਹਲਕੇ 'ਚ, ਮੈਂ ਕੱਲ੍ਹ ਨੂੰ ਕਈ ਸੜਕਾਂ ਦੇ ਉਦਘਾਟਨ ਕਰਨੇ ਵੀ ਜਿਹੜੀਆਂ ਸੜਕਾਂ ਪਿਛਲੇ 10-10 ਸਾਲ ਟੁੱਟੀਆਂ ਹੋਈਆਂ ਸੀ, ਉਹ ਦਾਨਗੜ੍ਹ ਵਾਲੀ ਸੜਕ, ਭੱਠਲਾਂ ਵਾਲੀ ਸੜਕ, ਆ ਪੱਤੀ ਸੇਖਵਾਂ ਵਾਲੀ ਸੜਕ, ਇੱਥੇ ਹੋ ਸਕਦਾ ਸਾਥੀ ਜਿਹੜੇ ਸਾਡੇ ਆਏ ਹੁਣ ਕਿੰਨੇ ਸਾਰਿਆਂ ਦੇ ਬੁਰੇ ਹਾਲਾਤ ਸੀ, ਮੈਂ ਪਿਛਲੇ ਦਿਨ ਹੀ ਕੀਤੇ ਸੰਘੇੜੇ ਤੋਂ ਲੈ ਕੇ ਸ਼ੇਰਪੁਰ ਵਾਲੀ ਸੜਕ, ਸੰਘੇੜੇ ਤੋਂ ਜਲੂਰ ਵਾਲੀ ਸੜਕ, ਸਾਰੇ ਪਿੰਡਾਂ ਦੀਆਂ ਫਿਰਨੀਆਂ, ਉਹ ਹਰੀਗੜ੍ਹ ਵਾਲੀ, ਜਲੂਰ ਵਾਲੀ, ਸਾਰੇ ਪਿੰਡਾਂ ਦੀਆਂ ਤਕਰੀਬਨ ਫਿਰਨੀਆਂ ਨੂੰ ਪੈਸੇ ਜਿਹੜੇ ਦਿੱਤੇ ਆ, ਮਤਲਬ ਕਿ ਕਰੋੜਾਂ ਰੁਪਈਆ ਤਕਰੀਬਨ ਆ ਸੜਕਾਂ ਨੂੰ ਮੈਨੂੰ ਲੱਗਦਾ ਵੀ 35 ਕਰੋੜ ਰੁਪਈਆ ਆਪਣੀ ਸਰਕਾਰ ਨੇ ਜਿਹੜਾ ਬਰਨਾਲੇ ਨੂੰ ਦਿੱਤਾ, ਕਿੰਨੀਆਂ ਸਰਕਾਰਾਂ ਆਈਆਂ, ਕਿੰਨੀਆਂ ਕਿਸੇ ਨੇ ਵੀ ਸੜਕਾਂ ਲਈ, ਮੈਂ ਕਹਿਣਾ ਵੀ ਜੇ 10 ਸਾਲ ਵੀ ਜੇ ਕੋਈ ਲੈ ਕੇ 10 ਸਾਲ ਲਈ 35 ਕਰੋੜ ਰੁਪਈਆ ਦਿੱਤਾ ਹੋਵੇ, ਹੈ ਨਾ, ਸੈਂਕੜੇ ਕਰੋੜ ਰੁਪਈਆ ਆਇਆ, ਚਾਹੇ ਉਹ ਨਹਿਰੀ ਮਹਿਕਮੇ ਦੀ ਗੱਲ ਕਰ ਲਓ, ਅੱਜ ਵੀ ਅਸੀਂ ਰਾਹ 'ਚ ਆਉਂਦੇ ਦੇਖਦੇ ਆਇਆਂਗੇ ਵੀ ਕਿਵੇਂ ਕੱਸੀਆਂ ਭਰੀਆਂ ਚੱਲ ਰਹੀਆਂ ਨੇ, 300 ਕਰੋੜ ਰੁਪਈਆ ਨਹਿਰੀ ਮਹਿਕਮੇ ਨੂੰ ਆਇਆ,
ਸੋ ਹਜ਼ਾਰਾਂ ਕਰੋੜ ਦੇ ਜਿਹੜੇ ਕੰਮ ਨੇ ਪਿਛਲੇ ਢਾਈ ਤਿੰਨ ਸਾਲ 'ਚ ਕਹਿ ਲਓ ਵੀ ਆਪਣੇ ਬਰਨਾਲੇ ਜ਼ਿਲ੍ਹੇ ਦੇ ਵਿੱਚ ਹੋਏ ਨੇ ਅਤੇ ਸੈਂਕੜੇ ਕਰੋੜ ਦੇ ਬਰਨਾਲੇ ਹਲਕੇ ਦੇ ਵਿੱਚ ਹੋਏ ਨੇ ਅਤੇ ਆਉਣ ਵਾਲੇ ਸਮੇਂ 'ਚ ਵੀ ਇਸੇ ਤਰ੍ਹਾਂ ਜਿਹੜੇ ਡਿਵੈਲਪਮੈਂਟ ਦੇ ਕੰਮ ਨੇ ਜਿਹੜੇ ਉਹ ਜਾਰੀ ਰਹਿਣਗੇ ਅਤੇ ਬਾਕੀ ਮੈਂ ਦੁਬਾਰਾ ਗੁਰਜੀਤ ਸਿੰਘ ਰਾਮਨ ਵਾਸੀਆ ਜੀ ਨੂੰ ਵਧਾਈ ਵੀ ਦਿੰਦਾ ਅਤੇ ਉਹਨਾਂ ਦਾ ਪਾਰਟੀ 'ਚ ਪਹੁੰਚਣ ਅਤੇ ਇੱਥੇ ਦਫ਼ਤਰ ਪਹੁੰਚਣ 'ਤੇ ਮੈਂ ਸਵਾਗਤ ਵੀ ਕਰਦਾ। ਬਈ ਜਿਹੜੀ ਜ਼ਿਮਨੀ ਚੋਣਾਂ ਨਾਲ ਹੀ ਹੈ, ਉਸ ਤੋਂ ਪਹਿਲਾਂ ਇੱਡਾ ਵੱਡਾ ਉਲਟਫੇਰ ਹੋਇਆ, ਇਹਨੂੰ ਕਾਫ਼ੀ ਜਿੱਤ ਦੀ ਨਿਗਾਹ ਨਾਲ ਦੇਖਿਆ ਜਾ ਰਿਹਾ ਆਮ ਆਦਮੀ ਪਾਰਟੀ ਲਈ। ਦੇਖੋ ਆਹ ਵੀ ਡਿਕਲੇਅਰ ਕਰ ਦਿਓ, ਜ਼ਿਮਨੀ ਚੋਣ 'ਚ ਉਮੀਦਵਾਰ ਹੋਏਗਾ ਉਹ ਲੋਕਲ ਹੋਏਗਾ ਜਾਂ ਬਾਹਰੋਂ ਹੋਏਗਾ? ਦੇਖੋ ਇਹ ਬਿਲਕੁਲ ਠੀਕ ਹੈ ਕਿ ਗੁਰਜੀਤ ਜੀ ਦੇ ਪਾਰਟੀ 'ਚ ਆਉਣ ਨਾਲ ਪਾਰਟੀ ਨੂੰ ਬਹੁਤ ਮਜ਼ਬੂਤੀ ਮਿਲੀ ਹੈ, ਸ਼ਹਿਰ 'ਚ ਕਹਿ ਲਓ ਵੀ ਪਾਰਟੀ ਹੋਰ ਮਜ਼ਬੂਤ ਹੈ ਜਿਹੜੀ ਉਹ ਹੋਏਗੀ ਅਤੇ ਆਉਣ ਵਾਲੇ ਦਿਨਾਂ 'ਚ ਹੋਰ ਬੜੀਆਂ ਜੁਆਇਨਿੰਗਾਂ ਨੇ ਜਿਹੜੀਆਂ ਹਜੇ ਆਮ ਆਦਮੀ ਪਾਰਟੀ 'ਚ ਹੋਣੀਆਂ ਨੇ। ਇੱਥੇ ਕੋਈ ਦਾਅਵੇ ਕਰੀ ਜਾਵੇ, ਕੋਈ ਹੋਰ ਪਾਰਟੀਆਂ ਦੇ ਬੰਦੇ, ਚਲੋ ਇਲੈਕਸ਼ਨ ਤਾਂ ਸਾਰਿਆਂ ਨੇ ਲੜਨੀਆਂ, ਤਿਆਰੀਆਂ ਕਰੀ ਜਾਣ, ਪਰ ਇੱਕ ਪਾਸੜ ਜਿਹੜੀ ਜਿੱਤ ਹੈ ਆਮ ਆਦਮੀ ਪਾਰਟੀ ਜਿਹੜੀ ਹੈ ਬਰਨਾਲੇ ਤੋਂ ਦਰਜ ਕਰੇਗੀ। ਬਾਕੀ ਉਮੀਦਵਾਰ ਜਿਹੜਾ ਹੋਊਗਾ ਉਹ ਪਾਰਟੀ ਲੀਡਰਸ਼ਿਪ ਨੇ ਜਿਹੜਾ ਉਹ ਡਿਸਾਈਡ ਹੈ ਜਿਹੜਾ ਉਹ ਕਰਨਾ, ਪਰ ਮੈਂ ਅੱਗੇ ਵੀ ਬੜੇ ਵਾਰੀ ਕਿਹਾ ਜਿਵੇਂ ਤੁਸੀਂ, ਮੈਂ ਵੀ ਬਰਨਾਲੇ ਦਾ ਇੱਕ ਹੁਣ ਵੋਟਰ ਹਾਂ, ਜਿਵੇਂ ਤੁਸੀਂ ਮੰਗ ਕਰਦੇ ਹੋ ਬਰਨਾਲੇ ਦਾ ਉਮੀਦਵਾਰ ਹੋਵੇ, ਮੈਂ ਵੀ ਕਹਿਣਾ ਬਰਨਾਲੇ ਦਾ ਉਮੀਦਵਾਰ ਹੋਵੇ, ਅਤੇ ਕੋਈ ਨਹੀਂ ਬਰਨਾਲੇ ਦਾ ਉਮੀਦਵਾਰ ਹੀ ਆਪਾਂ ਰਲ ਮਿਲ ਕੇ ਲੈ ਕੇ ਆਵਾਂਗੇ। ਥੈਂਕ ਯੂ। ਬਲਵੜੇ ਸ਼ਹਿਰ ਵਾਸਤੇ ਕਰਾਂਗੇ, ਜਿਹੜਾ ਤਾਂ ਪਹਿਲਾਂ ਹੀ ਅਸੀਂ ਬੜੇ ਦੇਈ ਜਾ ਰਹੇ ਹਾਂ। ਤੁਸੀਂ ਦੇਖੋ ਕਦੇ ਕਮੇਟੀ 'ਚ ਇਹ ਪ੍ਰਧਾਨ ਜੀ ਬੈਠੇ ਆ, ਪਹਿਲਾਂ ਵੀ ਇਹ ਰਹੇ, ਸਪੈਸ਼ਲ ਫੰਡ ਕਮੇਟੀ ਦੀ ਗ੍ਰਾਂਟ ਤੋਂ ਬਿਨਾਂ ਕਦੇ ਨਹੀਂ ਆਇਆ। ਮਤਲਬ ਕਿ ਕਿੰਨੇ ਆਹ ਚੌਂਕਾਂ ਨੂੰ ਕਰੋੜਾਂ ਰੁਪਈਆ ਸਪੈਸ਼ਲ ਫੰਡ ਲਿਆ ਕੇ ਦਿੱਤੇ, ਆਹ 16 ਗੱਡੀਆਂ ਸਪੈਸ਼ਲ ਫੰਡ ਦੇ ਵਿੱਚੋਂ ਜਿਹੜੀਆਂ ਨੇ ਉਹ ਲੈ ਕੇ ਦਿੱਤੀਆਂ। ਸੋ ਕਰੋੜਾਂ ਰੁਪਈਆ ਜਿਹੜਾ ਬਰਨਾਲੇ 'ਚ ਪਹਿਲੀ ਵਾਰ ਹੈ ਵੀ ਜਿਹੜਾ ਸਪੈਸ਼ਲ ਫੰਡ ਦੇ ਤੌਰ 'ਤੇ ਜਿਹੜਾ ਉਹ ਆਇਆ, ਅਤੇ ਆਉਣ ਵਾਲੇ ਸਮੇਂ 'ਚ ਵੀ ਮੈਂ ਇਹ 100% ਵਿਸ਼ਵਾਸ ਦਿਵਾਉਣਾ ਕਿ ਕਿਸੇ ਵੀ ਸ਼ਹਿਰ ਦੇ ਕੰਮ ਲਈ ਕੋਈ ਵੀ ਕੰਮ ਅਧੂਰਾ ਨਹੀਂ ਰਹੂਗਾ। ਕਮੇਟੀ ਦੇ ਫੰਡ ਤਾਂ ਚਲੋ ਹੈਗੇ ਹੈਗੇ ਆ, ਕਿ ਸਪੈਸ਼ਲ ਫੰਡ ਜਿਹੜੇ ਆ ਉਹ ਲੈ ਕੇ ਆਵਾਂਗੇ। ਹੁਣ ਜਿਹੜਾ 87 ਕਰੋੜ ਰੁਪਈਆ ਵੀ ਹੈ, ਹੁਣ ਉਹਦੇ ਨਾਲ ਸਾਰਾ ਸੀਵਰੇਜ ਅਤੇ ਪੀਣ ਵਾਲੀਆਂ ਪਾਈਪਾਂ ਪੈਣੀਆਂ ਨੇ। ਹੁਣ ਜੇ ਉਹ 87 ਕਰੋੜ ਰੁਪਈਆ ਨਾ ਆਉਂਦਾ ਤਾਂ ਕੁਦਰਤੀ ਫਿਰ ਕਮੇਟੀ ਦੇ ਫੰਡਾਂ 'ਚ ਵਰਤਿਆ ਜਾਣਾ ਸੀ। ਹੁਣ ਕਮੇਟੀ ਦਾ ਤੁਸੀਂ ਇਹ ਮੰਨੋ ਵੀ 87 ਕਰੋੜ ਰੁਪਈਆ ਆਪਣੀ ਦਾ ਬਚਣਾ, ਅਤੇ ਉਹ 87 ਕਰੋੜ ਨਾਲ ਆਪਾਂ ਸ਼ਹਿਰ ਦੀ ਕਿੰਨੀ ਜਿਹੜੀ ਡਿਵੈਲਪਮੈਂਟ ਹੈ ਜਿਹੜੀ ਹੋ ਰਿਹਾ ਉਹ ਕਰ ਸਕਦੇ ਹਾਂ। ਕੋਸ਼ਿਸ਼ ਕਰ ਰਹੇ ਹਾਂ ਵੀ ਮੰਡੀ ਬੋਰਡ ਦੇ ਨਾਲ ਗੱਲ ਕਰਕੇ, ਮੰਡੀ ਬੋਰਡ ਦੀ ਇੱਥੇ ਪ੍ਰੋਪਰਟੀ ਜਿਹੜੀ ਹੈ ਸ਼ਹਿਰ ਦੇ ਵਿੱਚ ਪਈ ਹੈ, ਵੀ ਉੱਥੇ ਜਿਹੜਾ ਪਾਰਕਿੰਗ ਦਾ ਜਿਹੜਾ ਪ੍ਰਬੰਧ ਹੈ ਉਹ ਕੀਤਾ ਜਾਵੇ, ਵੀ ਮੰਡੀ ਬੋਰਡ ਆਪਦੀ ਪਾਰਕਿੰਗ ਬਣਾ ਲਏ, ਚਲੋ ਉੱਥੇ ਜਿਹੜਾ ਕੋਈ ਪਰਚੀ ਸਿਸਟਮ ਜਿਹੜਾ ਉਹ ਹੋ ਸਕਦਾ। ਪਰ ਉਹ ਕਿਉਂਕਿ ਜ਼ਮੀਨ ਮੰਡੀ ਬੋਰਡ ਦੀ ਹੈ, ਪਹਿਲਾਂ ਅਸੀਂ ਟਰੱਸਟ ਥਰੂ ਲੈਣ ਦੀ ਕੋਸ਼ਿਸ਼ ਕੀਤੀ, ਪਰ ਉਹ ਪੈਸੇ ਉਹਦੇ ਬੜੇ ਬਣਦੇ ਆ, ਪਰ ਹੁਣ ਮੰਡੀ ਬੋਰਡ ਦੇ ਰਾਹੀਂ ਉਹਨੂੰ ਅੱਗੇ ਪ੍ਰੋਸੀਡ ਕਰਨ ਦੀ ਕੋਸ਼ਿਸ਼ ਕਰ ਰਿਹਾ ਵੀ ਮੰਡੀ ਬੋਰਡ ਜਿਹੜੀ ਪਾਰਕਿੰਗ ਹੈ ਉੱਥੇ ਬਣਾ ਦੇ, ਅਤੇ ਉਹਦੇ ਨਾਲ ਇਹ ਹੈ ਵੀ ਠੀਕ ਹੈ ਥੋੜ੍ਹੀ ਜਿਹੀ ਦਿੱਕਤ ਆਊ ਵੀ ਲੋਕਾਂ ਨੂੰ ਪਾਰਕ ਕਰਕੇ ਗੱਡੀ ਜਾਣੀ ਪਿਆ ਕਰੂਗੀ, ਇੰਨਾ ਕੁ ਸ਼ਹਿਰ ਵਾਸੀਆਂ ਨੂੰ ਵੀ ਸਾਥ ਦੇਣਾ ਪਊਗਾ। ਵੀ ਹੁਣ ਸ਼ਹਿਰ ਵਾਲੇ ਇਹ ਕਹਿਣ ਲੱਗੇ ਨੇ ਵੀ ਨਹੀਂ ਜੀ ਗੱਡੀ ਦੁਕਾਨ ਮੂਹਰੇ ਵੀ ਆਵੇ ਅਤੇ ਜਾਮ ਵੀ ਨਾ ਲੱਗੇ। ਦੇਖੋ ਦੋਨੇ ਚੀਜ਼ਾਂ ਨਹੀਂ ਚੱਲ ਸਕਦੀਆਂ, ਜੇ ਪਾਰਕਿੰਗ ਕਿਤੇ ਆਪਾਂ ਬਾਹਰ ਬਣਾਵਾਂਗੇ ਤਾਂ ਫਿਰ ਗੱਡੀਆਂ ਦੀ ਇਹ ਤਾਂ ਦਿੱਕਤ ਆਊਗੀ ਵੀ ਗੱਡੀ ਬਾਜ਼ਾਰ 'ਚ ਜਿਹੜੀਆਂ ਉਹ ਨਹੀਂ ਜਾ ਸਕਣਗੀਆਂ, ਫਿਰ ਥੋੜ੍ਹੀ ਜਿਹੀ ਸਖਤੀ ਵੀ ਜਿਹੜੀ ਆ ਉਹ ਕਰਨੀ ਪੈਣੀ ਹੈ। ਸਰ ਪ੍ਰਧਾਨ ਤਾਂ ਬਣਾ ਦਿੱਤਾ ਗਿਆ ਕਿ ਉਮੀਦ ਪ੍ਰਧਾਨ ਨੇ ਕੋਈ ਨਾਮ ਨੋਮੀਨੇਟ ਕੀਤਾ, ਉਹ ਤਾਂ ਯਾਰ ਐਮ ਸੀ ਇਲੈਕਸ਼ਨ ਕਰਨਗੇ, ਜਿਹਨੂੰ ਚੁਣ ਲੈਣਗੇ ਉਹਨੂੰ ਭਾਈ ਵਧਾਈ ਦੇਵਾਂਗੇ।